ਤਾਂ ਲਗਾਤਾਰ ਹੀ ਸੈਂਟਰਲ ਜੇਲ੍ਹ ਦੇ ਵਿੱਚੋਂ ਜਿੱਥੇ ਸ਼ਿਕਾਇਤਾਂ ਬਰਾਮਦ ਹੋ ਰਹੀਆਂ ਨੇ ਕਿ ਆਏ ਦਿਨ ਹੀ ਜੇਲ੍ਹ ਦੇ ਵਿੱਚ ਫੋਨ ਨਸ਼ੀਲੇ ਪਦਾਰਥ ਬਰਾਮਦ ਹੁੰਦੇ ਨੇ ਉੱਥੇ ਇੱਕ ਹੋਰ ਮਾਮਲਾ ਸਾਹਮਣੇ ਆਇਆ ਜੀ ਹਾਂ ਦੱਸ ਦਈਏ ਕਿ ਲੁਧਿਆਣਾ ਦੀ ਸੈਂਟਰਲ ਜੇਲ੍ਹ ਇਸ ਮਾਮਲੇ ਦੇ ਵਿੱਚ ਸੁਰਖੀਆਂ ਦੇ ਵਿੱਚ ਹੈ ਜਿੱਥੋਂ ਇੱਕ ਵਾਰ ਫਿਰ ਹਵਾਲਾਤੀਆਂ ਦੇ ਕੋਲੋਂ 9 ਮੋਬਾਈਲ ਫੋਨ 5 ਜਰਦੇ ਦੀਆਂ ਪੁੜੀਆਂ ਤੇ ਸਿਗਰਟਾਂ ਵੀ ਬਰਾਮਦ ਕੀਤੀਆਂ ਗਈਆਂ ਨੇ ਜੀ ਹਾਂ ਖੁਦ ਪੁਲਿਸ ਅਫਸਰ ਜਿਹੜੇ ਨੇ ਉਹ ਵੀ ਹੈਰਾਨ ਨੇ ਕਿ ਆਖਿਰਕਾਰ ਇਹ ਸਮਾਨ ਜਿਹੜਾ ਆ ਸੈਂਟਰਲ ਜੇਲ੍ਹ ਦੇ ਅੰਦਰ ਕਿਵੇਂ ਆ ਗਿਆ 9 ਮੋਬਾਈਲ ਫੋਨ 5 ਜਰਦੇ ਦੀਆਂ ਪੁੜੀਆਂ ਤੇ ਕੁਝ ਸਿਗਰਟਾਂ ਵੀ ਬਰਾਮਦ ਹੋਈਆਂ ਨੇ ਹੁਣ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਸਾਰਾ ਸਮਾਨ ਜੇਲ੍ਹ ਦੇ ਅੰਦਰ ਕਿਵੇਂ ਪਹੁੰਚਿਆ ਕਿੰਨੇ ਪਹੁੰਚਾਇਆ ਹੋਰ ਵੀ ਕੋਈ ਪੁਲਿਸ ਅਧਿਕਾਰੀ ਵੀ ਇਹਨਾਂ ਦੇ ਨਾਲ ਰਲਿਆ ਹੋਇਆ ਹੈ ਜਾਂ ਫਿਰ ਨਹੀਂ ਕੈਦੀਆਂ ਨੂੰ ਆਖਿਰਕਾਰ ਇਹ ਸਮਾਨ ਕੌਣ ਪਹੁੰਚਾ ਰਿਹਾ ਫਿਲਹਾਲ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਸਹਾਇਕ ਸੁਪਰਡੈਂਟ ਦੇ ਕੋਲ ਸ਼ਿਕਾਇਤ ਪਹੁੰਚੀ ਹੈ ਤੇ ਉਹਨਾਂ ਨੇ ਇਸ ਸ਼ਿਕਾਇਤ ਦੇ ਆਧਾਰ ਤੇ ਮਾਮਲਾ ਜਿਹੜਾ ਆ ਉਹ ਦਰਜ ਕਰ ਲਿਆ ਤੇ ਹੁਣ ਅਗਲੇਰੀ ਕਾਰਵਾਈ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਹੈ ਤਾਂ ਲਗਾਤਾਰ ਹੀ ਸੈਂਟਰਲ ਜੇਲ੍ਹ ਦੇ ਵਿੱਚੋਂ ਜਿੱਥੇ ਸ਼ਿਕਾਇਤਾਂ ਬਰਾਮਦ ਹੋ ਰਹੀਆਂ ਨੇ ਕਿ ਆਏ ਦਿਨ ਹੀ ਜੇਲ੍ਹ ਦੇ ਵਿੱਚ ਫੋਨ ਨਸ਼ੀਲੇ ਪਦਾਰਥ ਬਰਾਮਦ ਹੁੰਦੇ ਨੇ ਉੱਥੇ ਇੱਕ ਹੋਰ ਮਾਮਲਾ ਸਾਹਮਣੇ ਆਇਆ ਜੀ ਹਾਂ ਦੱਸ ਦਈਏ ਕਿ ਲੁਧਿਆਣਾ ਦੀ ਸੈਂਟਰਲ ਜੇਲ੍ਹ ਇਸ ਮਾਮਲੇ ਦੇ ਵਿੱਚ ਸੁਰਖੀਆਂ ਦੇ ਵਿੱਚ ਹੈ ਜਿੱਥੋਂ ਇੱਕ ਵਾਰ ਫਿਰ ਹਵਾਲਾਤੀਆਂ ਦੇ ਕੋਲੋਂ 9 ਮੋਬਾਈਲ ਫੋਨ 5 ਜਰਦੇ ਦੀਆਂ ਪੁੜੀਆਂ ਤੇ ਸਿਗਰਟਾਂ ਵੀ ਬਰਾਮਦ ਕੀਤੀਆਂ ਗਈਆਂ ਨੇ ਜੀ ਹਾਂ ਖੁਦ ਪੁਲਿਸ ਅਫਸਰ ਜਿਹੜੇ ਨੇ ਉਹ ਵੀ ਹੈਰਾਨ ਨੇ ਕਿ ਆਖਿਰਕਾਰ ਇਹ ਸਮਾਨ ਜਿਹੜਾ ਆ ਸੈਂਟਰਲ ਜੇਲ੍ਹ ਦੇ ਅੰਦਰ ਕਿਵੇਂ ਆ ਗਿਆ 9 ਮੋਬਾਈਲ ਫੋਨ 5 ਜਰਦੇ ਦੀਆਂ ਪੁੜੀਆਂ ਤੇ ਕੁਝ ਸਿਗਰਟਾਂ ਵੀ ਬਰਾਮਦ ਹੋਈਆਂ ਨੇ ਹੁਣ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਸਾਰਾ ਸਮਾਨ ਜੇਲ੍ਹ ਦੇ ਅੰਦਰ ਕਿਵੇਂ ਪਹੁੰਚਿਆ ਕਿੰਨੇ ਪਹੁੰਚਾਇਆ ਹੋਰ ਵੀ ਕੋਈ ਪੁਲਿਸ ਅਧਿਕਾਰੀ ਵੀ ਇਹਨਾਂ ਦੇ ਨਾਲ ਰਲਿਆ ਹੋਇਆ ਹੈ ਜਾਂ ਫਿਰ ਨਹੀਂ ਕੈਦੀਆਂ ਨੂੰ ਆਖਿਰਕਾਰ ਇਹ ਸਮਾਨ ਕੌਣ ਪਹੁੰਚਾ ਰਿਹਾ ਫਿਲਹਾਲ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਸਹਾਇਕ ਸੁਪਰਡੈਂਟ ਦੇ ਕੋਲ ਸ਼ਿਕਾਇਤ ਪਹੁੰਚੀ ਹੈ ਤੇ ਉਹਨਾਂ ਨੇ ਇਸ ਸ਼ਿਕਾਇਤ ਦੇ ਆਧਾਰ ਤੇ ਮਾਮਲਾ ਜਿਹੜਾ ਆ ਉਹ ਦਰਜ ਕਰ ਲਿਆ ਤੇ ਹੁਣ ਅਗਲੇਰੀ ਕਾਰਵਾਈ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਹੈ।